ਪਿੰਡ ਸੁਲਤਾਨਵਿੰਡ ਵਿੱਚ ਇੱਕ ਵਿਆਹਤਾ ਔਰਤ ਵੱਲੋਂ ਪਿੰਡ ਦੇ ਹੀ ਵਸਨੀਕ ਵਿਅਕਤੀ ਉੱਪਰ ਛੇੜਛਾੜ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ ਦੀ ਸ਼ਿਕਾਇਤ ਥਾਣਾ ਸੁਲਤਾਨਵਿੰਡ ਵਿੱਚ ਦਰਜ ਕੀਤੀ ਗਈ ਹੈ। ਇਸ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ੰਨਾ ਨਾਮ ਦੇ ਵਿਅਕਤੀ ਨੇ ਕਿਹਾ ਕਿ ਉਹ ਪਿੰਡ ਵਿੱਚ ਨਸ਼ਾ ਖਿਲਾਫ ਲੜਾਈ ਲੜ ਰਹੇ ਹਨ। ਉਹਨਾਂ ਉੱਪਰ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਅਤੇ ਇਸ ਨਸ਼ਾ ਸਪਲਾਈ ਕਰਨ ਵਾਲੀ ਔਰਤ ਦੁਆਰਾ ਉਹਨਾਂ ਨੂੰ ਫਸਾਉਣ ਦੀ ਇੱਕ ਸਾਜਿਸ਼ ਕੀਤੀ ਗਈ ਹੈ। ਕੀ ਨਾਂ ਤੁਹਾਡਾ ਜੀ? ਸਰਦਵਿੰਦਰ ਕੌਰ। ਕਿੱਥੋਂ ਦੇ ਵਸਨੀਕ ਹੋ? ਸੁਲਤਾਨਵਿੰਡ ਦੇ। ਕੀ ਘਟਨਾ ਵਾਪਰੀ ਤੁਹਾਡੇ ਨਾਲ? ਸਰ, ਮੇਰੀ ਸੱਸ ਨੂੰ ਜੇਲ੍ਹ 'ਚ ਘਲਾ ਕੇ ਇਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਅਤੇ ਨਾਲ ਮੈਨੂੰ ਧਮਕੀਆਂ ਦਿੱਤੀਆਂ ਕਿ ਜੇ ਤੂੰ ਮੇਰੇ ਆਖੇ ਨਹੀਂ ਲੱਗੇਗੀ ਤਾਂ ਤੈਨੂੰ ਵੀ ਮੈਂ ਝੂਠਾ ਤੇਰੇ 'ਤੇ ਕੇਸ ਪਵਾ ਕੇ ਤੈਨੂੰ ਅੰਦਰ ਘਲਾ ਦੂੰਗਾ, ਤੇਰੇ ਬੱਚੇ ਰੋ ਜਾਣਗੇ। ਹੁਣ ਸਰ, ਥੋੜ੍ਹੇ ਦਿਨਾਂ ਤੋਂ ਇਹਨੇ ਮੇਰੇ ਨਾਲ ਫਿਰ ਮੇਰੇ ਨਾਲ ਧਮਕੀਆਂ ਲਾਈਆਂ। ਮੈਨੂੰ ਕਹਿੰਦਾ ਕਿ ਹੁਣ ਤੇਰੇ ਘਰ ਵਾਲੇ ਨੂੰ ਵੀ ਅੰਦਰ ਘਲਾਉਣਾ ਆ ਜੇ ਮੇਰੇ ਆਖੇ ਨਹੀਂ ਲੱਗੇਗੀ। ਕੀ ਨਾਂ ਇਹਦਾ ਔਰ ਕਿੱਥੋਂ ਦਾ ਵਸਨੀਕ ਹੈ? ਸਰ, ਇਹਦਾ ਨਾਂ ਦੱਸ ਸ਼ੰਨਾ। ਸ਼ੰਨੇ ਹੁਣ ਇਕੱਠੇ ਹੋ ਕੇ ਕਿਤੇ ਇੱਥੇ ਥਾਣੇ ਆਏ ਆ ਤੇ ਇਹ ਦੋ ਸਾਡੇ 'ਚ ਲੇਡੀਜ਼ ਹੈਗੀਆਂ ਨੇ ਜਿਹਨਾਂ ਦੇ ਖਿਲਾਫ ਇਹਨਾਂ ਰੌਲਾ ਪਾਇਆ। ਇਹ ਆਹ ਕਰਦੀਆਂ, ਉਹ ਕਰਦੀਆਂ, ਗਲਤ ਕੰਮ ਕਰਦੀਆਂ। ਪੁਲਿਸ ਨੇ ਚੁੱਕੀਆਂ ਸਵੇਰੇ 31 ਤਰੀਕ ਨੂੰ ਸਵੇਰੇ 5 ਵਜੇ ਚੁੱਕ ਕੇ ਪੁਲਿਸ ਨੇ ਇਹਨਾਂ ਤੋਂ ਕੁਛ ਨਹੀਂ ਬਰਾਮਦ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਉਹਨਾਂ ਨੇ ਇਹਨਾਂ 'ਤੇ 57 ਦਾ ਪਰਚਾ ਪਾਤਾ। ਇਹ ਵਿਚਾਰੀਆਂ 10-12 ਦਿਨ ਅੰਦਰ ਰਹੀਆਂ, ਹੈਂ 10-12 ਦਿਨਾਂ ਬਾਅਦ ਇਹਨਾਂ ਨੂੰ ਮੈਂ ਬਾਹਰ ਕਢਾਇਆ ਅਤੇ ਬਾਹਰ ਆ ਗਈਆਂ। ਸ਼ੰਨਾ ਜਿਹੜਾ ਬੰਦਾ ਵਾ ਇਹਦੇ ਜੇਲ੍ਹ ਦੀ ਸੱਸ ਨੂੰ ਜੇਲ੍ਹ ਕਰਾ ਕੇ ਇਹਦੇ ਘਰ ਵਾਲਾ ਅੰਦਰ ਸੀਗਾ, ਪਹਿਲਾਂ POC ਕਿਸੇ ਕੇਸ ਵਿੱਚ ਉਹ ਅੰਦਰ ਸੀਗਾ। ਅਤੇ ਉਹਨੇ ਕੀ ਫਾਇਦਾ ਉਠਾਇਆ ਕਿ ਇਹ ਭੋਲੀ ਜਨਾਨੀ, ਇਹ ਭੋਲੀ ਜਨਾਨੀ ਆ, ਗੱਲ ਨਹੀਂ ਕਰ ਸਕਦੀ, ਵਿਚਾਰੀ ਭੋਲੀ ਆ। ਭੋਲੀ ਦਾ ਫਾਇਦਾ ਉਠਾਇਆ, ਇਹਦੇ ਘਰ ਵਿੱਚ ਦਾਖਲ ਹੋ ਕੇ ਰਾਤ ਨੂੰ 9:30 ਇਹਦੇ ਨਾਲ ਬਲਾਤਕਾਰ ਕੀਤਾ। ਇਹਨੂੰ ਕਹਿਣ ਲੱਗਾ ਜੇਕਰ ਤੂੰ ਕਿਸੇ 'ਤੇ ਰੌਲਾ ਪਾਇਆ ਜਾਂ ਦੱਸਿਆ, ਜਿੱਦਾਂ ਤੇਰੀ ਸੱਸ ਨੂੰ ਮੈਂ ਜੇਲ੍ਹ 'ਚ ਕਲਾਇਆ ਤੇ ਤੈਨੂੰ ਵੀ ਕਲਾਊ, ਤੇਰੇ ਬੱਚੇ ਨਿੱਕੇ ਨਿੱਕੇ ਰੁਲ ਜਾਣਗੇ, ਮਰ ਜਾਣਗੇ। ਹਾਂਜੀ, ਪਰੇਸ਼ਾਨ ਕਰਦਾ ਵਾ। ਉਹ ਕਹਿੰਦਾ ਵਾ ਜਾਂ ਤੇ ਤੂੰ ਮੇਰੇ ਨਾਲ ਕਿਤੇ ਚੱਲ ਬਾਹਰ, ਜੇ ਤੂੰ ਬਾਹਰ ਨਹੀਂ ਜਾਣਾ ਤੇ ਮੇਰੀ ਹਵੇਲੀ ਆ ਜਾ। ਤੇ ਇਹ ਆਂਦੀ ਵੀ ਨਹੀਂ, ਕਹਿੰਦਾ ਫਿਰ ਮੈਂ ਤੇਰੇ ਘਰ ਵਾਲੇ ਨੂੰ ਫਿਰ ਝੂਠਾ ਪਰਚਾ ਦਵਾ ਕੇ ਜਾਮ ਲਾ ਕੇ ਤੇਰੇ ਮੈਂ ਘਰ ਵਾਲੇ ਨੂੰ ਅੰਦਰ ਘਲਾਉਣਾ ਵਾ ਤੇ ਫਿਰ ਤੂੰ ਮੇਰੇ ਆਖੇ ਲੱਗੇਗੀ। ਇਸ ਸੰਬੰਧੀ ਪੁਲਿਸ ਨੂੰ ਕੰਪਲੇਂਟ ਕੀਤੀ? ਪੁਲਿਸ ਨੂੰ ਕੰਪਲੇਂਟ ਦਿੱਤੀ ਆ ਜੀ ਅਸੀਂ, DSP ਸਾਹਿਬ ਕੋਲ ਵੀ ਇਹ ਗਈ ਸੀ ਕਿ ਚਲੋ ਨਹੀਂ ਮਿਲੇ ਅਫਸਰ। ਕੀ ਮੰਗ ਕਰਦੇ ਜੀ? ਮੰਗ ਇਹੋ ਕਰਦੇ ਕਿ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਇਸ ਤਰ੍ਹਾਂ ਵਾ ਜੀ, ਇਹ ਪਹਿਲਾਂ ਨਾ ਰਵੀ ਜਿਹੜਾ ਵਾ, ਰਵੀ ਨਾਂ ਦਾ ਮੁੰਡਾ ਵਾ, ਇਹ ਚਿੱਟਾ ਵੇਚਦਾ ਵਾ। ਇਹ ਚਿੱਟਾ ਵੇਚਦਾ, ਇਹ ਅੱਜ ਤੋਂ ਪਿੱਛੇ ਵੀ ਇੱਥੇ ਅਸੀਂ ਕੋਈ ਮਤਲਬ ਜਿਹੜੀ ਪਿੰਡ ਵਾਲਿਆਂ ਨੇ ਇਹਨੂੰ ਫੜ ਕੇ ਕਾਰਵਾਈ ਕਰਾਈ ਸੀ ਇੱਥੇ। ਅਤੇ ਹੁਣ ਇਹਨੇ ਲਾਗੇ ਇੱਕ ਬੀਬੀ ਸ਼ਿੰਦੋ ਆ, ਉਹਦੇ ਬੂਹੇ ਦੇ ਗਾੜੀ ਜਾ ਕੇ ਨਸ਼ਾ ਇਹ ਵੇਚਦਾ ਸੀ, ਨਸ਼ਾ ਵੇਚਦਾ ਸੀ। ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਗੱਲ ਕੀਤੀ ਅਤੇ ਜੇ ਉਹਨਾਂ ਨੂੰ ਰੋਕਣਾ, ਜਦੋਂ ਇਹਨੂੰ ਰੋਕਿਆ ਤਾਂ ਇਹਨੇ ਗਾੜੀਓਂ ਉਹਨਾਂ ਨੂੰ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਲਾਈਆਂ, ਮੈਂ ਤੁਹਾਡੇ ਅੰਦਰ ਨਸ਼ਾ ਸੁੱਟ ਕੇ ਤੁਹਾਨੂੰ ਬੜਾ ਦੂੰਗਾ, ਮੈਂ ਜਿੱਟਾ ਤੁਹਾਡੇ ਘਰ ਵੀ ਰੱਖ ਸਕਦਾ, ਜੇ ਮੈਂ ਆਪ ਵੇਚ ਸਕਦਾ ਤਾਂ ਮੈਂ ਤੁਹਾਡੇ ਘਰ ਵੀ ਰੱਖ ਸਕਦਾ। ਉਹਨਾਂ ਨੂੰ ਇਹਨੇ ਇੱਦਾਂ ਦਬਾ ਧਮਕਾ ਕੇ ਉਹਨਾਂ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇੱਥੇ ਅਸੀਂ 4 ਜੂਨ ਨੂੰ ਦਰਖਾਸਤ ਦੇ ਕੇ ਗਏ ਥਾਣਾ ਸੁਲਤਾਨਵਿੰਡ ਦਰਖਾਸਤ ਦੇਣ ਤੋਂ ਬਾਅਦ ਮੁੜ ਕੇ 6 ਜੂਨ ਦਾ ਕਰਕੇ ਘੱਲੂ ਘਰ ਆ ਸੀ, ਉਹਦਾ ਕਾਰਨ 2-4 ਦਿਨ ਕਾਰਵਾਈ ਨਹੀਂ ਕਰ ਸਕੇ ਪੁਲਿਸ ਪ੍ਰਸ਼ਾਸਨ ਨੇ। ਇੱਕ ਲੇਡੀ ਸੋਲੜੇ ਆਰੋਪ ਲਗਾਏ, ਉਹਨਾਂ ਬਾਰੇ ਸਪਸ਼ਟ ਕਰੋ। ਹਾਂਜੀ, ਉਹ ਜਿਹੜੀ ਲੇਡੀ ਨੇ ਆਰੋਪ ਲਗਾਏ ਆ, ਉਹ ਲੇਡੀਜ਼ ਜਿਹੜੀ ਹੈਗੀ ਆ, ਉਹ ਇਸ ਤਰ੍ਹਾਂ ਵਾ ਵੀ ਇੱਥੇ ਇੱਕ ਪ੍ਰਧਾਨ ਆ ਰਾਜ ਰਾਣੀ, ਉਹ ਇਹਨਾਂ ਦੇ ਮਸਲੇ ਦੇ ਵਿੱਚ ਆਈ ਆ, ਉਹ ਨਸ਼ਾ ਨੁਸ਼ਾ ਪਕਾਉਣ ਦੇ ਹੱਕ 'ਚ ਆ, ਮਹੀਨਾ ਮਹੀਨਾ ਲੈ ਕੇ ਅੱਗੇ ਵੀ ਦਿੰਦੀ ਹੋਏਗੀ ਕਿਸੇ ਨੂੰ ਜਾਂ ਉਹ ਸਾਨੂੰ ਨਹੀਂ ਪਤਾ, ਮਤਲਬ ਉਹਨਾਂ ਦੇ ਕੋਲੋਂ ਉਹ ਮਹੀਨਾ ਪੈਸੇ ਲੈਂਦੀ ਆ, ਆਹ ਸੱਟੇ ਦਾ ਕੰਮ ਕਰਦੀ ਆ ਇੱਥੋਂ ਦੇ, ਮਤਲਬ ਹੋਣ ਕਾਰਨ ਇਹਨੇ ਮੁੰਡਾ ਛਡਾ ਕੇ ਵੀ ਲੈ ਗਈ ਹੈ। ਇਹ ਪੁਲਿਸ ਦੇ ਨਾਲ ਇਹਦੇ ਪੁਲਿਸ ਦੇ ਕੰਮਾਂ ਤੋਂ ਕਾਫੀ ਜਾਣੂ ਆ ਇਹ ਮੁੰਡਾ ਛਡਾ ਕੇ ਲੈ ਗਈ ਹੈ। ਅਗਲੇ ਦਿਨ ਦਾ ਇਹਨੇ ਟਾਈਮ ਲਿਆ ਸੀ, ਮੁੰਡਾ ਤਾਂ ਇਹਨੇ ਪੇਸ਼ ਨਹੀਂ ਕਰਾਇਆ, ਨਾ ਤਾਂ ਇਹਨੇ ਉਦਣ ਕਰਾਇਆ ਪੇਸ਼, ਨਾ ਇਹਨੇ ਕੱਲ੍ਹ ਕਰਾਇਆ, ਅੱਜ ਇਹਨੇ ਆਣ ਕੇ ਇਹਨੇ ਆਪਣਾ ਮਤਲਬ 2-4 ਬੁੜੀਆਂ ਇਕੱਠੀਆਂ ਕਰਕੇ ਜਨਾਨੀਆਂ ਦੇ ਝੂਠੇ ਆਪਣਾ ਐਲੀਗੇਸ਼ਨ ਲਾ ਕੇ ਦਰਖਾਸਤ ਝੂਠੀ ਦੇ ਕੇ 7 ਤਰੀਕ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਹੈ ਜੀ, ਆਪਣਾ 181 ਦੇ ਕਹਿੰਦੇ ਅਸੀਂ ਦਰਖਾਸਤ ਦਿੱਤੀ ਆ, 181 ਤੇ ਇਹਨਾਂ ਦਰਖਾਸਤ ਦਿੱਤੀ ਆ, ਝੂਠੀ ਦਰਖਾਸਤ ਦੇ ਕੇ ਐਲੀਗੇਸ਼ਨ ਲਾ ਕੇ
ਮਤਲਬ ਨਜਾਇਜ਼ ਇਹਨਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਸਾਡੀ ਨਜਾਇਜ਼ ਬਦਨਾਮੀ ਕੀਤੀ ਆ, ਜਿਹਦੇ ਵਿੱਚ ਸਾਰੇ ਇਹਨਾਂ ਦੇ ਬੇਬੁਨਿਆਦ ਨੇ ਜਿਹੜੀਆਂ ਇਹਨਾਂ ਗੱਲਾਂ ਲਾਈਆਂ, ਕੋਈ ਤੇ ਪ੍ਰਸ਼ਾਸਨ ਜਾਂਚ ਕਰ ਰਿਹਾ ਵਾ, ਅਗਰ ਕੋਈ ਵੀ ਇਹਨਾਂ ਦਾ ਕੋਈ ਜ਼ੁਲਮ ਸਾਬਤ ਹੁੰਦਾ ਵਾ ਤੇ ਜੋ ਵੀ ਇਹਨਾਂ ਦੇ ਬਣ ਦਿੱਤਾ। ਦਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਸੁਲਤਾਨਵੇਲ ਇੱਕ ਦਰਖਾਸਤ ਆਈ ਹੈ ਜਿਨਸੀ ਸੁਰੱਖਿਆ ਦੇ ਸੰਬੰਧ ਵਿੱਚ, ਉਹ 3 ਮਹੀਨੇ ਪੁਰਾਣੀ ਇੰਸੀਡੈਂਟ ਦੱਸਦੇ ਨੇ ਕਿ ਹੋਈ ਹੈ, ਇਹਦੇ ਸੰਬੰਧ 'ਚ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਪ੍ਰੋਪਰ ਤਰੀਕੇ ਨਾਲ ਜੇ ਲੇਡੀ ਅਫਸਰ ਦੁਆਰਾ, ਅਤੇ ਇਨਕੁਆਇਰੀ ਤੋਂ ਬਾਅਦ ਜੋ ਵੀ ਫੈਕਟ ਹੈ ਉਹਦਾ ਦਰਪੂਨੀ ਕਰ ਲਈ। ਠੀਕ ਹੈ।